चल दिमाग तो टेंशन तो लई अज पेपर दे के। एमए दे पेपर हो गए, हुण करदे आ नैट की तैयारी। तां फ्रैमफिल जां पीएचडी वास्ते तां हुण नैट की तैयारी करनी पऊगी। बापू नूं कहनी आ नैट की तैयारी करन लगदी आ मैं। चल पहलां तां दिमाग तो एड्डा वड्डा बोझ लै गया हुण मेरे, नहीं तो सारा दिन आए हुंदा सी वी हाई पेपर पता नहीं किवें होणगे, की होगा की ना होगा, चल नहीं बढ़ गया कम। हुण घर रह के उन्ने दिन नज़ारे लैने आ जिन्ने दिन रिजल्ट नहीं आता। बैठे बापू जी भी। होर बापू जी की घर हटे? बस कुछ नहीं, मोबाइल ते लग रहा थी मैसेज ये देखण। आ गई कॉल जो? होर आज तो मेरे सच्ची दिमाग तो सारी टेंशन उतर गई। पेपर दे के हुण बस रिलैक्स है मैं। 20 दिन हुण मैनू कोई आए नहीं हैगा भी हाँ मैं आ काम करना है जा तैयारी करनी है। पेपर वधिया हो गए? वधिया वधिया बापू जी। चलो मैं ऐ सोचदी सी बापू जी हुण 20 दिन तो चलो मैं वेली रहूँगी कुछ नहीं करना, पर उदो जे मैं तैयारी करने वास्ते लग जा नैट की। देख लै पुत, मैं तो ऐ सोचता थी हुण तेरी पढ़ाई बहुत होगी भी मैं वधिया रिश्ता देखा कोई भी मैं तेरा ब्याह कर देना। बापू जी एवें ना ब्याह ब्याह करी जाया करो। पुत ब्याह तो करने ही हुण धियां दा घरें थोड़ी बिठाई जांदे ने, ब्याह तो एक दिन करना ही पऊ ना। मैं तो सोची जानी हाँ भी मैं एमफिल कर लाँ जां पीएचडी कर लाँ, ठीक है जे मेरा पेपर हो जूगा क्लीयर हो जूगा तो नैट का। वो तो कर लै पुत, नाल तू करनी चल अभी आप ब्याह की गल भी तोड़ लैने हौली हौली, इन्नी तेरी पढ़ाई पूरी हो जू जो करनी है। बापू जी मैं नहीं करवाना अजे ब्याह, तुसी ना एवें सारा दिन ब्याह ब्याह करी जाया करो। वो तू तो भोलियां गल्लां करदी है कुड़िए, जे तुसी ब्याह दा नाम लिया ना मैं गाहां होर दाखला भर देना कासी च। काच भरेंगी दाखला? कासी च मर्जी भर दां। चल चंगा आराम कर लै फिर। आहो मैं तो सोचता थी ब्याह कर देना, तू कहनी मनदी नहीं है, तेरी मर्जी है। मैं नहीं करवाना अजे ब्याह। चल चंगा भाई तेरी मर्जी, सारा दिन ब्याह 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 ब्याह। ਲੈ ਇਹ ਤਾਂ ਕਾਂਬਲੀ ਉਵੇਂ ਮਰ ਜਾਂਦੀ ਹੈ ਭਕਾਈ, ਕਹਿੰਦੀ ਮੈਂ ਪੜ੍ਹਾਈ ਕਰਨੀ ਹੈ। ਪੜ੍ਹਾਈਆਂ ਪੜ੍ਹਾਈਆਂ 'ਚ ਕੀ ਰੱਖਿਆ, ਪੜ੍ਹ ਕੇ ਦੱਸ ਕੀ ਜੱਜ ਲੱਗਣਾ, ਨੌਕਰੀ ਤਾਂ ਪਹਿਲੀ ਨਹੀਂ ਮਿਲਦੀ ਹੈਗੀ। ਮੈਂ ਸੋਚਦਾ ਵੀ ਬਸ ਇਹਦਾ ਫਟਾਫਟ ਰਿਸ਼ਤਾ ਦੇਖ ਕੇ ਇਹਦੇ ਹੱਥ ਪੀਲੇ ਕਰਦਾ ਅਤੇ ਆਪਦੀ ਜ਼ਿੰਮੇਵਾਰੀ ਤੋਂ ਮੁਕਤ ਬਣਾਵਾਂ। ਫਟਾਫਟ ਦੇਖ ਕੇ ਨਾ ਇਹਦਾ ਵਿਆਹ ਕਰਦਾ। ਇਹ ਤਾਂ ਉਹੀ ਜਵਾਕਾਂ ਵਾਲੀਆਂ ਗੱਲਾਂ ਕਰੀ ਜਾਂਦੀ ਹੈ, ਵਿਆਹ ਤਾਂ ਹੁਣ ਕਰਨੀ ਹੈ, ਧੀਆਂ ਘਰੇ ਥੋੜ੍ਹੀ ਬਿਠਾਈਆਂ ਜਾਂਦੀਆਂ ਨੇ। ਇਹਦੀ ਮਾਂ ਦੇ ਜਾਣ ਤੋਂ ਬਾਅਦ ਮੈਨੂੰ ਇਹ ਪਤਾ ਮੈਂ ਇਹਨੂੰ ਕਿਵੇਂ ਪਾਲਿਆਗਾ, ਅਤੇ ਕਰਕੇ ਗੱਲ ਫਟਾਫਟ ਅਤੇ ਇਹਦੇ ਹੱਥ ਪੀਲੇ ਕਰਾਂ ਅਤੇ ਮੇਰੀ ਜ਼ਿੰਮੇਵਾਰੀ ਖਤਮ ਹੋਵੇ। ਪੜ੍ਹਾਈਆਂ ਪੜ੍ਹਾਈਆਂ 'ਚ ਦੱਸ ਕੀ ਰੱਖਿਆ। ਆਈ ਨਹੀਂ ਯਾਰ ਹਰਜਸ, ਕਿੱਥੇ ਰਹਿ ਗਈ, ਕਿੰਨਾ ਟਾਈਮ ਹੋ ਗਿਆ ਇੱਥੇ, ਕਿਤੇ ਕੋਈ ਉਹਨਾਂ ਦੇਖ ਲਏ, ਕਿਤੇ ਛੱਤਰ ਪਵਾ ਕੇ ਰੱਖ ਦੇ ਮੇਰੇ। ਲੈ ਉਹ ਆ ਗਈ, ਕਿਵੇਂ ਜੱਟੀ ਹੈ, ਵਾਹਵਾ ਲੇਟ ਹੋ ਗਈ। ਲੈ ਘਰੇ ਕੰਮ ਨਿਬੇੜ ਕੇ ਵੀ ਆਉਣੇ ਹੁੰਦੇ ਆ। ਬਹਿ ਜਾ ਫਿਰ, ਤੁਸੀਂ ਤਾਂ ਵਿਹਲੇ ਹੋ, ਮੁੰਡਿਆਂ ਨੂੰ ਕਿਹੜਾ ਕੋਈ ਕੰਮ ਧੰਦਾ ਹੁੰਦਾ। ਹੁਣ ਮੈਨੂੰ ਐਂ ਦੱਸੋ ਵੀ ਤੁਸੀਂ ਘਰੇ ਗੱਲ ਕਰੀ ਹੈ ਵਿਆਹ ਬਾਰੇ ਕਿ ਨਹੀਂ ਕਰੀ? ਉਹ ਕਰ ਲੈ ਗੱਲ, ਐਡੀ ਦੱਸ ਕਾਹਦੀ ਕਾਹਲੀ ਹੈ ਤੈਨੂੰ? ਤੁਸੀਂ ਕਿਉਂ ਨਹੀਂ ਸਮਝਦੇ ਕੀ ਸਮਝਾਂ, ਵਿਆਹ ਕਰਾਉਣਾ ਤੁਹਾਡੇ ਨਾਲ, ਟਾਈਮ ਪਾਸ ਨਹੀਂ ਕਰਨਾ। ਉਹ ਮੇਰੇ ਘਰੇ ਤਾਂ ਦੇਖ ਗੱਲ ਕਰਨ ਵਾਲੀ ਐਡੀ ਕੋਈ ਗੱਲ ਹੈ ਨਹੀਂ, ਹੈ ਨਾ? ਜੇ ਮੈਂ ਕਰੂੰਗਾ ਮੇਰੇ ਘਰ ਦੇ ਰਾਜੀ ਹੋ ਜਾਣਗੇ, ਤੂੰ ਆਪਦੇ ਡੈਡੀ ਨਾਲ ਗੱਲ ਕਰ। ਮੇਰੇ ਬਾਪੂ ਨੂੰ ਮਨਾਉਣਾ ਬਹੁਤ ਔਖਾ। ਹੁਣ ਮੈਂ ਮਨਾਵਾਂ ਉਹਨੂੰ ਫਿਰ, ਤੈਨੂੰ ਹੀ ਮਨਾਉਣਾ ਪਊਗਾ, ਮੈਨੂੰ ਪਿਆਰ ਨਹੀਂ ਕਰਦੀ। ਕੀ ਕਰਾਂ ਮੈਂ, ਮੈਨੂੰ ਆਏ ਸੀ ਤੁਸੀਂ ਜੇ ਰਿਸ਼ਤਾ ਲੈ ਕੇ ਆ ਜਾਂਦੇ ਘਰੇ ਤਾਂ ਸੌਖਾ ਹੋ ਜਾਂਦਾ ਥੋੜ੍ਹਾ ਜਿਹਾ। ਉਹ ਆਪਣੇ ਪਿੰਡ 'ਚ ਔਖਾ ਨਾ, ਪਿੰਡ 'ਚ ਗੱਲ ਕਰਨੀ, ਬਾਹਰਲੇ ਪਿੰਡ ਦਾ ਹੁੰਦਾ ਮੈਂ ਕੋਈ ਵਿਚੋਲਾ ਹੀ ਪਾਉਣ ਦਾ, ਹੁਣ ਇੱਥੇ ਦਾ ਤੈਨੂੰ ਪਤਾ ਬੰਦਾ ਕਹੂਗਾ ਤੂੰ ਪਿੰਡ 'ਚ ਵਿਆਹ ਕਰਾਂਗੇ ਜਿਹੜੇ ਨੂੰ ਵਿਚੋਲਾ ਪਾਵਾਂਗੇ। ਸੁੱਖੀ ਮੇਰੀ ਗੱਲ ਸੁਣ। ਕੀ ਸੁਣਾ? ਦੇਖ ਮੈਂ ਵਿਆਹ ਤੇਰੇ ਨਾਲ ਹੀ ਕਰਾਉਣਾ, ਤੈਨੂੰ ਵੀ ਪਤਾ। ਹਾਂ ਅਤੇ ਹੁਣ ਤੂੰ ਟਾਈਮ ਨਾ ਪਾ ਬਾਲਾ, ਮੈਨੂੰ ਨਹੀਂ ਪਤਾ, ਬਸ ਘਰੇ ਗੱਲ ਕਰ ਲਾ, ਕਿਵੇਂ ਵੀ ਕਰ। ਬਸ ਤੂੰ ਐਂ ਮੰਨ ਲਾ ਬਈ ਮੈਂ ਘਰੇ ਗੱਲ ਕਰ ਲਈ, ਠੀਕ ਆ, ਤੂੰ ਆਪਦੇ ਡੈਡੀ ਨਾਲ ਗੱਲ ਕਰ ਲਾ। ਪੰਗਾ ਮੇਰੇ ਅਤੇ ਤੇਰਾ ਡੈਡੀ ਊਂ ਵੀ ਲੱਗਦਾ ਗਾ ਥੋੜ੍ਹਾ ਜਿਹਾ, ਹੁਣ ਮੈਂ ਗੱਲ ਕਿਵੇਂ ਕਰਾਂਗਾ। ਕਈ ਵਾਰੀ ਉਹਨੂੰ ਸ਼ੱਕ ਜਿਹਾ ਪਿਆ ਆਪਣੇ ਬਾਰੇ, ਜਦੋਂ ਆਪਾਂ ਇਕੱਠੇ ਕਾਲਜ ਪੜ੍ਹਨ ਜਾਂਦੇ ਹੁੰਦੇ ਉਦੋਂ, ਹੈ ਨਾ? ਹੁਣ ਤੈਨੂੰ ਪਤਾ ਆਪਣੀ ਪੜ੍ਹਾਈ ਪੂਰੀ ਹੋਊ, ਇਹਨੂੰ ਵੀ 6 ਮਹੀਨੇ ਹੋ ਗਏ ਨਾ, ਤੇਰਾ ਡੈਡੀ ਵੀ ਤੇਰੇ ਵਾਸਤੇ ਰਿਸ਼ਤਾ ਦੇਖਦਾ ਹੀ ਹੋਊਗਾ ਹੁਣ। ਮੈਨੂੰ ਤਾਂ ਡਰ ਲੱਗਦਾ ਬਾਪੂ ਤੋਂ। ਬਾਕੀ ਜੇਕਰ ਤੇਰੇ ਬਾਪੂ ਨੇ ਕਿਤੇ ਰਿਸ਼ਤਾ ਦੇਖਿਆ ਵੀ ਨਾ, ਮਾੜਾ ਜਿਹਾ ਕਹਿ ਦੀ ਵੀ ਮੈਂ ਤਾਂ ਵਿਆਹ ਕਰਾਉਣਾ, ਉਹਦੇ ਨਹੀਂ ਕਰਾਉਣਾ, ਨਹੀਂ ਮੈਂ ਤਾਂ ਕਿਤੇ ਹੋਰ ਵਿਆਹ ਕਰਾਉਣਾ, ਬਸ ਹੁਣ ਰੱਬਾ ਦੇ ਦੀ ਮੈਂ ਕੁਛ ਖਾ ਕੇ ਮਰ ਜਾਊਂ। ਮੈਂ ਤਾਂ ਤੈਨੂੰ ਵੀ ਦੱਸ ਰਹੀ ਹਾਂ ਵੀ ਜੇ ਤੂੰ ਮੇਰੇ ਨਾਲ ਵਿਆਹ ਨਾ ਕਰਾਇਆ ਮੈਂ ਸੱਚੀ ਕੁਛ ਖਾ ਕੇ ਮਰ ਜੂ। ਨਹੀਂ ਯਾਰ ਮੈਂ ਤੈਨੂੰ ਖਾਣਾ ਇੰਨਾ ਜ਼ਿਆਦਾ ਪਿਆਰ ਕਰਦਾ, ਵਿਆਹ ਨਹੀਂ ਕਰਾਊਂਗਾ ਤੇਰੇ ਨਾਲ, ਤੈਨੂੰ ਤਾਂ ਯਾਰ ਮੇਰੇ ਪਿਆਰ 'ਤੇ ਭਰੋਸਾ ਹੀ ਨਹੀਂ, ਹੈ ਨਾ? ਭਰੋਸਾ ਤਾਂ ਹੀ ਉਰੇ ਬੈਠੀ ਹਾਂ ਤੇਰੇ ਕੋਲ,
अच्छा किन्ना के प्यार करते फ्रेंड दस प्यार ना दसया नहीं जांदा हुंदा अच्छा प्यार नु सिर्फ बंदा महसूस कर सकदा अच्छा पक्का मैनू ही पता मैं भी तेनू बहुत ज्यादा प्यार करदा जे मिलिया तो लै जांदा ना मैं तेनू तोल के दस दंदा भी इन्ना कर दंगा आहो ता ही मैनू 10 वारी रिश्ता भेजदा ना करे अच्छा चल इन्ना सा मुंह ते की लाउणे सोहनी हुंदी आ नींदा मैं ना आहो आ तेरे प्यार दा रंग ही है अच्छा अच्छा चल कोई ना मेरे ना ब्याह करा ला फिर तो इदू भी गोरी चिट्टी हो जाई फिर तो तू मेरे को ही रहना आहो आहो चल मेरी गल सुन हुण मैनू लगदा आपां जाना चाहीदा कोई आ भी ना जावे जान मैं तेन फेर दूं पर एक मेरे ना वादा कर कल मिलना आएंगी देखती हैं जे बापू कोई ना कोई बहाना लग गया मेरे तो ता आ जाऊंगी नहीं तो प्रॉमिस पक्का पक्का पर मैं जान दे मैं बापू ने कह के आई सी मैं गवांड से जाके आनी हूं चल आ करी रात में फोन कर दी मन तो नींद नहीं आती इतना टाइम तेरे ना गल ना करा कि कट्टी जा मैं आहो चल झूठा आप तो तीन तीन बारी फोन करे तो चकदा नहीं वो कई बारी बंदे नु काम हुंदा तू तो उई दंदा भरोसा ही नहीं हैगा चल मेरी गल सुन हां तू ब्याहड़ी गल बारे सोच चंगा बस तू आप दे करे गल मेरे वल्लो डन ओके चंगा आई प्रॉमिस ले आके मेरे ती गल सेटती सारी फिर बापू ना गल कर दियां देख दियां की करा कर ला गल मेनू दस दे जागा जिमे भी होऊगा चल ठीक है मैं चलदी हां काली कर आहो उम्र भी तेरी लंघदी जांदी किते बापू होर ही किते कट्टा कट्टी कर दे तेरी कोई ना देख दियां की बनदा चल ठीक है कल नु मिलदे फिर आपा चंगा 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 ओके बाय 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 ਸੋਹਣੀ ਬਾਲੀ ਹੁੰਦੀ ਜਾਂਦੀ ਜੱਟੀ ਹਰੇ ਹਰੇ ਸੂਟ 'ਚ ਅੱਜ ਤਾਂ ਹੋਰ ਵੀ ਸੋਹਣੀ ਲੱਗਦੀ ਸੀ ਹੋ ਜਾ ਚਾ ਕਰੀਆਂ ਆ ਜਾ ਆ ਜਾ ਵਿੱਕੀ ਲੰਘਿਆ ਲੰਘੇ ਹੋਰ ਠੀਕ ਠਾਕ ਹੈ ਹਾਂ ਬਹਿ ਜਾ ਹੋਰ ਠੀਕ ਹੈ ਹਾਂ ਠੀਕ ਹੈ ਸਾਰੇ ਹੋਰ ਪਰਿਵਾਰ ਠੀਕ ਹੈ ਪਰਿਵਾਰ ਠੀਕ ਹੈ ਸਾਰੇ ਆਪਣੇ ਦੱਸੋ ਵਧੀਆ ਵਧੀਆ ਕਣਕ ਕੁਣਕ ਦਾ ਨਿਬੜ ਗਿਆ ਕਣਕ ਦਾ ਨਿਬੜ ਗਿਆ ਹਾਂ ਤੂੜੀ ਸਾਂਭਤੀ 4 ਕੇ ਕਿਲੇ ਮੱਕੀ ਦੇ ਲਾਤੇ ਵਧੀਆ ਹੋ ਗਈ ਕਣਕ ਕਣਕ ਉਹ ਤਾਂ ਵਧੀਆ ਹੋ ਗਈ ਉਹ ਜਿਹੜੇ ਹਿਸਾਬ ਨਾਲ ਲਿਕੜਨੀ ਸੀ ਉਹ ਹਿਸਾਬ ਨਾਲ ਲਿਕੜੀ ਆ ਗੜੇ ਪੈ ਗਏ ਨਾ ਮਗਰੋਂ ਜੋ ਹਾਂ ਗੜੇ ਨੇ ਨੁਕਸਾਨ ਕਰਤਾ ਗੜਾ ਦਾ ਨੁਕਸਾਨ ਹੋ ਗਿਆ ਥੋੜਾ ਜਿਹਾ ਜ਼ਿਆਦਾ ਹੋ ਗਿਆ ਉਹ ਫਿਰ ਗਾਹਾਂ ਨੂੰ ਵੀ ਆਪ ਹੀ ਕਰੇਗਾ ਕਿ ਠੇਕੇ ਠੁਕੇ ਦੇਵੇਂਗਾ ਗਾਹਾਂ ਨੂੰ 6 ਕਿੱਲੇ ਦਾ ਠੇਕੇ ਤੇ ਦੇਵਾਂਗੇ 3 ਕਿੱਲੇ ਨੂੰ ਪਸ਼ੂ ਡੰਗਰ ਵਾਸਤੇ ਰੱਖ ਲਾਂਗੇ ਹਾਂ ਫਿਰ ਹਰੇ ਚਾਰੇ ਵਾਸਤੇ ਵੀ ਜ਼ਰੂਰੀ ਹੈ ਹੋਰ ਕੁਛ ਚੱਲ ਕਰੇ ਕਣਕ ਬੰਨਾ ਹੋ ਜਾਊਗਾ ਹਾਂ ਹੋਰ ਸੁਣਾ ਤੁਸੀਂ ਠੀਕ ਹੋ ਸਿਹਤ ਕਿਵੇਂ ਹਾਂ ਸਿਹਤ ਠੀਕ ਹੈ ਤੂੰ ਸੁਣਾ ਅੱਛਾ ਵਧੀਆ ਤੇ ਮੈਂ ਤਾਂ ਕੱਲ ਬੈਠੇ ਬੈਠੇ ਨੇ ਯਾਦ ਕਰਿਆ ਦੀ ਮੈਂ ਚੱਲ ਵਿੱਕੀ ਨੂੰ ਫੋਨ ਕਰਦੇ ਆ ਬੁਲਾਉਨੇ ਆ ਨੂੰ ਅੱਛਾ ਅੱਛਾ ਕਿਵੇਂ ਯਾਦ ਕਰਿਆ ਦੀ ਫਿਰ ਚਾਚਾ ਯਾਦ ਤਾਂ ਐ ਕਰਿਆ ਦੀ ਵੀ ਮੈਂ ਢਿੱਲਾ ਮੱਠਾ ਰਹਿਣਾ ਤੈਨੂੰ ਪਤਾ ਹੀ ਹੈ ਤੇ ਮੈਂ ਤੇਰੇ ਨਾਲ ਗੱਲ ਕਰਨੀ ਸੀ ਕਿ ਤੂੰ ਐ ਆਪਦਾ ਬੰਦਾ ਵੀ ਰਿਸ਼ਤੇ ਬਾਰੇ ਗੱਲ ਕਰਨੀ ਸੀ ਆਪਣੀ ਕੁੜੀ ਦੇ ਰਿਸ਼ਤੇ ਬਾਰੇ ਅੱਛਾ ਕੁੜੀ ਆਪਣੀ ਦੀ ਉਮਰ ਹੋ ਗਈ 25-26 ਸਾਲ ਠੀਕ ਹੈ ਉਹਦੀ ਪੜ੍ਹਾਈ ਵੀ ਪੂਰੀ ਹੋ ਗਈ ਅੱਛਾ ਪੜ੍ਹਾਈ ਪੂਰੀ ਹੋ ਗਈ ਹਾਂ ਪੜ੍ਹਾਈ ਪੂਰੀ ਹੋ ਗਈ ਵੀ ਕੋਈ ਵਧੀਆ ਰਿਸ਼ਤਾ ਹੋਵੇ ਵਧੀਆ ਪਰਿਵਾਰ ਹੋਵੇ ਠੀਕ ਹੈ ਤੇ ਛੋਟਾ ਪਰਿਵਾਰ ਹੋਵੇ ਜੇ ਕੋਈ ਹੈਗਾ ਤੇਰੀ ਨਿਗਾਹ 'ਚ ਤੂੰ ਕਰਾਉਂਦਾ ਰਹਿਣਾ ਤਾਂ ਮੈਨੂੰ ਦੱਸ ਆਪਾਂ ਦੇਖ ਆਵਾਂਗੇ ਤੇ ਚੱਲ ਨਿਗਾਹ 'ਚ ਮੁੰਡਾ ਤੱਕ ਹੈਗਾ ਬਹੁਤ ਵਧੀਆ ਅੱਛਾ ਵਧੀਆ ਪਰਿਵਾਰ ਹੈ ਹਾਂ ਉਹ ਜਿਹੜਾ ਆਪਣੇ ਨੰਬਰਦਾਰਾਂ ਦੇ ਕੁੜੀ ਵਾਸਤੇ ਲੈ ਗਿਆ ਤੀ ਮੈਂ ਉਹਨਾਂ ਦੇ ਰਿਸ਼ਤਾ ਅੱਛਾ ਉਹਨਾਂ ਨੇ ਕੀ ਗੱਲ ਹੋ ਗਈ ਫਿਰ ਚੀ ਰਹਿ ਗਈ ਗੱਲਬਾਤ ਜੀ ਉਹ ਐਂ ਹੋ ਗਈ ਬਾਕੀ ਤਾਂ ਸਾਰਾ ਕੁਛ ਹੋ ਗਿਆ ਸੀ ਠੀਕ ਅੱਛਾ ਕੁੜੀ ਵੀ ਠੀਕ ਆ ਗਈ ਮੁੰਡੇ ਦੇ ਪਸੰਦ ਮੁੰਡਾ ਵੀ ਉਹਨਾਂ ਨੇ ਪਸੰਦ ਦੀ ਅੱਛਾ ਦੇਖ ਕੇ ਕਰ ਲਈ ਦੀ ਹਾਂ ਉਹਨਾਂ ਦਾ ਗੋਤ ਰਲ ਗਿਆ ਅੱਛਾ ਹਾਂ ਗੋਤ ਕਰਕੇ ਕੰਮ ਅੜ ਗਿਆ ਉਹਨਾਂ ਦਾ ਆ ਕਈ ਬੰਦੇ ਬੈਂ ਬੂੰ ਜਾਂ ਕਰਦੇ ਨੇ ਗੋਤ ਦਾ ਹਾਂ ਮੈਂ ਤਾਂ ਇਹਨਾਂ ਨੂੰ ਕਹਿ ਜਿਵੇਂ ਅੱਜ ਕੱਲ ਗੋਤ ਨੂੰ ਕੌਣ ਪੁੱਛਦਾ ਹਾਂ ਹੁਣ ਤਾਂ ਕੋਈ ਬੈਂ ਨਹੀਂ ਕਰਦਾ ਹਾਂ ਵੀ ਤੁਸੀਂ ਚਲਾ ਲਓ ਕੰਮ ਵਧੀਆ ਪਰਿਵਾਰ ਆ ਉਹ ਕਹਿੰਦੇ ਫਿਰ ਥੋੜਿਆ ਕਹਿੰਦੇ ਜਿਹੜੇ ਕੁੜੀ ਦੇ ਮਾਮੇ ਤੇ ਉਹ ਕਹਿੰਦੇ ਵੀ ਭਾਈ ਸਾਡੀ ਫਿਰ ਸੈਟਿੰਗ ਨਹੀਂ ਪੈਂਦੀ ਹੈਗੀ ਅੱਛਾ ਕੋਈ ਹੋਰ ਦੇਖ ਲਈ ਮੈਨੂੰ ਕਹਿੰਦੇ ਅੱਛਾ ਤੇ ਉਹੋ ਜਿਹੇ ਰਿਸ਼ਤਾ ਤੈਨੂੰ ਚਾਚਾ ਹੋ ਜੇ ਨਾ ਆਪਣੇ ਬਹੁਤ ਵਧੀਆ ਰਿਸ਼ਤਾ ਟਿਕਾਣਾ ਵੀ ਬਹੁਤ ਆ ਕਹਿ ਭਾਈ ਨੇ ਉਹ ਮੁੰਡਾ ਇਕੱਲਾ ਹੀ ਹੈ ਭੈਣਾਂ ਤੇ ਦੋ ਭੈਣਾਂ ਨੇ ਭੈਣਾਂ ਵੀ ਆਈਆਂ ਨੇ ਅੱਛਾ ਤੇ ਮੁੰਡਾ ਖੇਤੀ ਕਰਦਾ ਖੇਤ 'ਚ ਵਧੀਆ ਫਾਰਮ ਪਾਇਆ ਹੋਇਆ ਮੈਸਾਂ ਤੇ ਗਾਈਆਂ ਦਾ ਵਾਹਣ ਕਿੰਨਾ ਕੁ ਵਾਹਣ ਹੈਗਾ ਨਾ ਪਹਿਲੇ 6 ਕਿੱਲੇ ਅੱਛਾ ਹਾਂ ਸੰਦ ਸਾਰੇ ਨੇ ਟਰੈਕਟਰ ਤੂੜੀ ਵਾਲੀ ਮਸ਼ੀਨ ਤੇ ਦੂਰੀਆਂ ਦੂਰੀਆਂ ਟਰਾਲੀਆਂ ਸਾਰਾ ਸੰਦ ਮੰਨ ਲਓ ਖੇਤੀਬਾੜੀ ਦੇ ਕੰਮ ਨਾਲ ਰਿਲੇਟਡ ਹੈ ਖੇਤੀਬਾੜੀ ਦਾ ਹੀ ਹਾਂ ਘਰ ਵਧੀਆ ਪਾਇਆ ਹੈ ਨਾ ਵਧੀਆ ਇੰਨਾ ਵੀ ਤੈਨੂੰ ਕੱਚਾ ਘਰ ਨਹੀਂ ਮਿਲੂ ਉਹਨਾਂ ਦਾ ਵਧੀਆ ਪਰਿਵਾਰ ਹੈ ਇਹ ਕੋਈ ਗੱਲ ਨਹੀਂ ਫਿਰ ਆਪਾਂ ਦੇਖ ਆਵਾਂ ਕੁੜੀ ਹਾਂ ਉੱਥੇ ਆਪਣੀ ਗੱਲ ਬਣ ਜੂ ਜੇ ਤੂੰ ਕਹਿੰਦਾ ਫਿਰ ਮੈਂ ਗੱਲ ਉਹਨਾਂ ਨਾਲ ਵੀ ਤੋਰ ਲੂੰ ਹਾਂ ਤੂੰ ਗੱਲਬਾਤ ਤੋਰ ਲਈ ਕੋਈ ਨਹੀਂ ਆਪਾਂ ਜਾ ਆਵਾਂਗੇ ਕੋਈ ਨਹੀਂ ਹਾਂ ਫਿਰ ਆਪਾਂ ਸਮਾਂ ਕੱਢ ਕੇ ਹਾਂ ਫਿਰ ਵਗ ਚੱਲਾਂਗੇ ਜਾ ਆਵਾਂਗੇ ਕਿਉਂ ਹੁਣ ਤੈਨੂੰ ਪਤਾ ਹੈ ਧੀਆਂ ਦਾ ਵਿਆਹਣ ਯੋਗ ਹੋ ਜਾਣ ਜਦੋਂ ਉਹਨਾਂ ਨੂੰ ਵਿਆਹ ਹੀ ਦੇਣਾ ਚਾਹੀਦਾ
ਚਾਚਾ ਇਹ ਜੀ ਗੱਲ ਨਹੀਂ ਹੈਗੀ ਉਹ ਮੇਰੀ ਭੈਣ ਹੈ ਹਾਂ ਮੈਂ ਉਹਨੂੰ ਮਾੜੇ ਟਿਕਾਣੇ ਤੇ ਪਹਿਲਾਂ ਕਿਵੇਂ ਖੜਾ ਦੂੰਗਾ ਹਾਂ ਇਹ ਤਾਂ ਤੂੰ ਮਨ ਦੇ ਵਿੱਚ ਹੀ ਕਰ ਦੇ ਗੱਲ ਨਾ ਨਾ ਉਹ ਇਸੇ ਕਰਕੇ ਤੈਨੂੰ ਮੈਂ ਬੁਲਾਇਆ ਹਾਂ ਤੂੰ ਉਹਨਾਂ ਨਾਲ ਗੱਲਬਾਤ ਕਰ ਲਈ ਨਾ ਉਹਨਾਂ ਨੇ ਮੈਨੂੰ ਕਿਹਾ ਤੀ ਅੱਛਾ ਕਹਿੰਦੇ ਕੋਈ ਹੋਰ ਚੰਗਾ ਰਿਸ਼ਤਾ ਜੇ ਹੋਵੇ ਤੂੰ ਹੋਰ ਦੇਖ ਲਈ ਵੀ ਤੂੰ ਤਾਂ ਜਾਂਦਾ ਸੀ ਰਹਿਣਾ ਤੁਹਾਡੇ ਵਾਂਗੂ ਵੀ ਵਧੀਆ ਜਾਂ ਕੋਈ ਹੋਰ ਦੇਖ ਲਈ ਭਾਈ ਉਹ ਮੈਂ ਆਉਂਦਾ ਵੀ ਤੀ ਚਾਚਾ ਇੱਕ ਦਿਨ ਤੇਰੇ ਕੋਲੇ ਅੱਛਾ ਮੈਂ ਚੱਲ ਗੱਲ ਤੋਰਾਂਗੇ ਚੱਲ ਅੱਜ ਕੱਲ੍ਹ ਤੁਸੀਂ ਮੈਨੂੰ ਬੁਲਾ ਕੇ ਕਹਿਤੀ ਇਹ ਵਧੀਆ ਗੱਲ ਹੋਈ ਉਹਦਾ ਮੇਰੇ ਬੈਠੇ ਬੈਠੇ ਦਿਮਾਗ 'ਚ ਆਈ ਗੱਲ ਰਾਤ ਅੱਛਾ ਮੈਂ ਕਿਹਾ ਚੱਲ ਆਪਾਂ ਵਿੱਕੀ ਨੂੰ ਬੁਲਾਉਂਦੇ ਹਾਂ ਵੀ ਵਿੱਕੀ ਰਿਸ਼ਤੇ ਕਰਾਉਂਦਾ ਰਹਿੰਦਾ ਚੱਲ ਇਹਦੇ ਲਿੰਕ ਵਧੀਆ ਨੇ ਵਿੱਕੀ ਦੇ ਅੱਛਾ ਆਪਾਂ ਬਹੁਤ ਰਿਸ਼ਤੇ ਕਰਾਤੇ ਤੇਰੇ ਸਾਹਮਣੇ ਹਾਂ ਵੀ ਚੱਲ ਆਪਾਂ ਨੂੰ ਮਾੜੇ ਥਾਂ ਦਾ ਖੜਾਉਂਦਾ ਜੀ ਦੇਖਾ ਆਪਦਾ ਉਹਦਾ ਜਵਾਕ ਹੈ ਜੇ ਜੀ ਮੇਰੀ ਧੀ ਹੋਈ ਉਹਦੀ ਭੈਣ ਹੋਈ ਹਾਂ ਨਾ ਚਾਚਾ ਮਾੜੇ ਥਾਂ ਨਹੀਂ ਖੜਾਉਂਦੇ ਹੈਗੇ ਇਹ ਜੀ ਗੱਲ ਥੋੜੀ ਹੈ ਆਪਾਂ ਨੇ ਰੋਜ਼ ਮੱਥੇ ਲੱਗਣਾ ਹੈ ਬਾਕੀ ਕਿੰਨੇ ਚਿਰ ਤੋਂ ਮੈਂ ਤੁਹਾਡੇ ਘਰੇ ਆਉਣਾ ਹਾਂ ਪਹਿਲੇ ਅੱਜ ਗੱਲ ਦੀ ਤਾਂ ਹੈ ਨਹੀਂ ਮੈਂ ਅੱਜ ਆ ਗਿਆ ਉਹੀ ਗੱਲ ਹੈ ਵੀ ਕੀ ਪਹਿਲੇ ਦਿਨ ਬੁੜਿਆਂ ਦਾ ਆਪ ਚ ਪਿਆਰ ਹੈਗਾ ਦੇਖਾ ਆਪਾਂ ਇਕੱਠੇ ਇੱਕ ਦੂਜੇ ਦੇ ਦੁੱਖ ਸੁੱਖ ਦੇ ਵਿੱਚ ਹੁਣ ਤਾਂ ਚਲੋ ਕੰਮ ਕਰ ਮਸ਼ੀਨੀ ਯੁੱਗ ਆ ਗਿਆ ਅੱਗੇ ਤਾਂ ਖੇਤੀਬਾੜੀ ਚ ਵੀ ਇੱਕ ਦੂਜੇ ਨਾਲ ਬੀੜੀਆਂ ਸੀੜੀਆਂ ਤੇ ਕਣਕਾਂ ਵੀ ਵੱਢਦੇ ਬਾਜਰੇ ਵੀ ਗੁੜਦੇ ਨਰਮੇ ਵੀ ਗੁੜਦੇ ਵੀ ਜਾਂਦੇ ਤੇ ਉਧਰ ਉਧਰ ਹੀ ਹੁਣ ਤਾਂ ਚਲੋ ਮਸ਼ੀਨੀ ਯੁੱਗ ਆ ਗਿਆ ਭਾਈ ਫਿਰ ਚਾਚਾ ਤੁਸੀਂ ਹੁਣ ਖੇਤੀ ਖੁਤੀ ਦਾ ਕੰਮ ਕਰਦੇ ਹੋ ਮੈਂ ਤਾਂ ਫਿਰ ਦੇਖ ਲੈ ਪੁੱਤ ਮੈਥੋਂ ਤਾਂ ਹੁੰਦੀ ਨਹੀਂ ਹਾਂ ਠੀਕ ਹੈ ਜਵਾਕ ਹੈ ਉਹ ਪੜਦਾ ਹੈ ਮੈਂ ਤਾਂ ਠੇਕੇ ਦੀ ਦੇ ਦਿੰਦਾ ਚੱਲ ਠੀਕ ਹੈ ਚਾਚਾ ਚੰਗਾ ਫਿਰ ਮੈਂ ਚੱਲਦਾ ਹੈ ਹਾਂ ਚੰਗਾ ਫਿਰ ਕਰੀ ਗੱਲ ਤੂੰ ਕਰੂੰਗਾ ਹਾਂ ਮੈਂ ਤੈਨੂੰ ਦੱਸੂ ਫਿਰ ਚੰਗਾ ਚੰਗਾ ਜੱਸੀ ਪੁੱਤ ਹਾਂਜੀ ਬਾਪੂ ਜੀ ਨਵੇੜ ਤਾਂ ਕੰਮ ਕੁੰਮ ਬਸ ਆ ਰਹਿ ਗਿਆ ਮਾੜਾ ਜਿਹਾ ਝਾੜੂ ਮਾਰਨ ਵਾਲਾ ਬਾਰ ਬਾਰ ਮੈਂ ਨਾ ਸੁਨਾਮ ਤੱਕ ਜਾ ਕੇ ਆਉਣਾ ਮਾੜਾ ਜਿਹਾ ਕੰਮ ਹੈ ਅੱਛਾ ਜੀ ਹਾਂ ਤੇ ਘਰ ਦਾ ਖਿਆਲ ਰੱਖੀ ਠੀਕ ਹੈ ਕੋਈ ਨਹੀਂ ਮੈਂ 2 ਘੰਟਿਆਂ 'ਚ ਆ ਜਾਊਂਗਾ ਠੀਕ ਹੈ ਠੀਕ ਹੈ ਬਾਪੂ ਜੀ ਬਾਪੂ ਨੇ ਬੁਰੀ ਗੱਲ ਵੀ ਨਹੀਂ ਦੱਸੀ ਵੀ ਕਿੱਥੇ ਚੱਲੇ ਨੇ ਜੇ ਹੁਣ ਮੈਂ ਪੁੱਛ ਲੈਂਦੀ ਕਿੱਥੇ ਚੱਲੇ ਹੋ ਫਿਰ ਕਹਿਣਾ ਸੀ ਵੀ ਪਿੱਛੋਂ ਟੋਕਤਾ ਦੱਸ ਪਤਾ ਨਹੀਂ ਕੀ ਕੰਮ ਸੀ ਚੱਲ ਓਹ ਗਰਮੀ ਹੈ ਬਹੁਤ ਯਾਰ ਮੈਂ ਪਾਣੀ ਪੀਏ ਘੁੱਟ ਯਾਰ ਅਤੇ ਬਹੁਤ ਲੱਗੀ ਹਰਜਸ ਪੁੱਤ ਆ ਗਏ ਬਾਪੂ ਜੀ ਤੁਸੀਂ ਹਾਂ ਪੁੱਤ ਲੈ ਮੈਂ ਪਾਣੀ ਲਿਆ ਕੇ ਦਿੰਦੀ ਹਾਂ ਹਾਂ ਪੁੱਤ ਪਾਣੀ ਲਿਆ ਅਤੇ ਬਹੁਤ ਲੱਗੀ ਹੈ ਗਰਮੀ ਬਹੁਤ ਹੈਗੀ ਲੈ ਕੁੜੀ ਨਾਲ ਵੀ ਗੱਲ ਕਰ ਹੀ ਲੈਂਦੇ ਹਾਂ ਅੱਜ ਵੀ ਮੈਂ ਕਿੱਥੇ ਗਿਆ ਸੀ ਇਹਨੂੰ ਦੱਸ ਹੀ ਦਿੰਦੇ ਹਾਂ ਬਾਅਦ 'ਚ ਬੱਚੇ ਨਹੀਂ ਫਿਰ ਸੋਚਦੇ ਨੇ ਵੀ ਦੱਸਿਆ ਨਹੀਂ ਲਓ ਬਾਪੂ ਜੀ ਪਾਣੀ ਮੈਂ ਤੁਹਾਨੂੰ ਐਂ ਪੁੱਛਦੀ ਸੀ ਬਹਿ ਜਾ ਤੁਸੀਂ ਅੱਜ ਕਿੱਥੇ ਗਏ ਸੀ ਮੈਂ ਤਾਂ ਇੱਕ ਬਹੁਤ ਜ਼ਰੂਰੀ ਕੰਮ ਗਿਆ ਸੀ ਪੁੱਤ ਇੱਕ ਅੱਜ ਇੰਨੀ ਕਾਲੀ ਕਾਲੀ 'ਚ ਭੱਗ ਗਏ ਨਾ ਤੁਸੀਂ ਮੈਨੂੰ ਦੱਸਿਆ ਵੀ ਕਿੱਥੇ ਗਏ ਹੋ ਕਿੱਥੇ ਨਾ ਹਰ ਇੱਕ ਕੰਮ ਪੁੱਤ ਧੀਆਂ ਨੂੰ ਨਹੀਂ ਦੱਸਿਆ ਜਾਂਦਾ ਚਲ ਹੁਣ ਦੱਸ ਦੇਣਾ ਤੈਨੂੰ ਉਹੀ ਕੰਮ ਜਿਹੜੇ ਕੰਮ ਮੈਂ ਗਿਆ ਸੀ ਮੈਂ ਕਹਿੰਦੀ ਸੁਨਾਮ ਕੋਲ ਸ਼ੇਰੋਂ ਪਿੰਡ ਹੈ ਅੱਛਾ ਜੀ ਉਹ ਪਰਸੋਂ ਵਿੱਕੀ ਆਇਆ ਸੀ ਨਾ ਆਪਣੇ ਭਤੀਜਾ ਮੇਰਾ ਉਹਨੇ ਤੇਰੇ ਰਿਸ਼ਤੇ ਬਾਰੇ ਗੱਲ ਪਾਈ ਸੀ ਦੱਸ ਪਾਈ ਤੀ ਮੇਰੇ ਰਿਸ਼ਤੇ ਬਾਰੇ ਹਾਂ ਮੈਂ ਸੋਚਦਾ ਵੀ ਹੁਣ ਤੇਰੀ ਉਮਰ 25-26 ਸਾਲ ਦੀ ਹੋ ਗਈ ਵੀ ਤੇਰਾ ਵਿਆਹ ਹੁਣ ਕਰ ਦਈਏ ਅਤੇ ਸ਼ੇਰੋਂ ਪਿੰਡ ਤੇਰੇ ਵਾਸਤੇ ਰਿਸ਼ਤਾ ਦੇਖ ਕੇ ਆਇਆ ਬਹੁਤ ਮੁੰਡਾ ਵਧੀਆ ਕੰਮ ਕਰਦਾ ਪ੍ਰੀਤ ਆ ਉਹਦੇ ਨਾਲ ਮੁੰਡੇ ਦੇ ਨਾਲ ਬਹੁਤ ਸੋਹਣਾ ਮੁੰਡਾ ਵਧੀਆ ਪਰਿਵਾਰ ਹੈ ਬਾਪੂ ਜੀ ਇੱਕ ਗੱਲ ਕਹਾਂ ਹਾਂ ਪੁੱਤ ਦੱਸ ਮੈਂ ਹਜੇ ਵਿਆਹ ਨਹੀਂ ਕਰਾਉਣਾ ਕਿਉਂ ਨਹੀਂ ਬਸ ਮੇਰਾ ਜੀ ਨਹੀਂ ਕਰਦਾ ਵਿਆਹ ਕਰਾਉਣ ਨੂੰ ਹਜੇ ਇਹੀ ਜੀ ਕੀ ਗੱਲ ਹੋ ਗਈ ਪੁੱਤ ਬਸ ਨਹੀਂ ਕਰਾਉਣਾ ਬਾਪੂ ਜੀ ਹਜੇ ਵਿਆਹ ਮੈਂ ਜੇ ਕੋਈ ਗੱਲ ਹੈਗੀ ਹੈ ਦਿਲ 'ਚ ਤੇਰੇ ਖੁੱਲ੍ਹ ਕੇ ਦੱਸ ਪੁੱਤ ਮੈਨੂੰ ਸੰਗ ਨਾ ਤੂੰ ਬਾਪੂ ਜੀ ਜੇ ਮਾਂ ਹੁੰਦੀ ਤਾਂ ਮੈਂ ਮਾਂ ਨਾਲ ਗੱਲ ਕਰ ਲੈਂਦੀ ਕੀ ਗੱਲ ਪੁੱਤ ਮੈਂ ਤੇਰਾ ਕੁਛ ਲੱਗਦਾ ਨਹੀਂ ਤੈਨੂੰ ਮੈਂ ਪੁੱਤਾਂ ਨਾਲੋਂ ਵੱਧ ਪਿਆਰ ਕਰਦਾ ਬਾਪੂ ਜੀ ਮੈਂ ਕਿਸੇ ਮੁੰਡੇ ਮੈਂ ਤੈਨੂੰ ਕਦੇ ਧੀ ਸਮਝੇ ਨਹੀਂ ਮੈਂ ਕਿਸੇ ਮੁੰਡੇ ਨੂੰ ਪਸੰਦ ਕਰਦੀ ਹਾਂ ਕਿੱਥੋਂ ਦਾ ਮੁੰਡਾ ਆਪਣੇ ਪਿੰਡ ਦਾ ਹੀ ਆ ਤੈਨੂੰ ਸ਼ਰਮ ਨਹੀਂ ਆਈ ਕੁੜੀਏ ਐਡਾ ਕਦਮ ਚੱਕਣ ਤੋਂ ਪਹਿਲਾਂ ਮੇਰੀ ਪੱਗ ਗਣੀ ਤਾਂ ਦੇਖ ਲੈਂਦੀ
बापू जी मैं एडा माड़ा भी की करता वधिया करता मुंडा है। तू चंगा भी की कीता पुत्ता, कम से कम मेरी इज्जत करनी तो देख लेंदी। एडी बड़ी तेनू पाल के 25 साल हो गए तेनू देख दे, 25 साल दे तू माँ बाप नू भुल गई भी तेनू इस वास्ते पालिया सीगा। बापू जी एक बारी तुसी मिलियो तो सही, जमी शर्म लाती दता पुत कुड़िए, तू माड़ा मोटा का ख्याल कर लेंदी मेरे बारे। बापू जी मैं एडा माड़ा भी की करता। तू चंगा भी की किता कुड़िए, तू कितों कलैनी जम पी साडे घर च, इहदे नाल तां तैनू जम दी दई मैं गल गुठा दे दिंदा, तैनू मार दिंदा। तू जमी शर्म नहीं करी मेरे बारे, जमी नहीं सोचा मेरी इज्जत बारे। मेरी इज्जत तां खेरू खेरू करती तां पिंड च, माड़ा मोटा तां पग दा ख्याल रख लैंदी, ਇੱਦਾਂ ਤੈਨੂੰ ਜਿਉਂਦੀ ਨੂੰ ਮਾਰ ਦਿੰਦਾ ਵਧੀਆ ਰਹਿੰਦਾ। ਸਾਡੇ ਤਾਂ ਖਾਨਦਾਨ 'ਚ ਕੋਈ ਇਹੋ ਜਿਹਾ ਜੰਮਿਆ ਨਹੀਂ ਸੀ, ਸਾਡੇ ਕਿੱਥੋਂ ਆ ਗਈ ਤੂੰ ਇਹੋ ਜਿਹਾ, ਕੋਈ ਇਹੋ ਜਿਹਾ ਪਿਆਰ ਪੂਰ ਵਾਲਾ ਸਾਡੇ ਤਾਂ ਪਰਿਵਾਰ 'ਚ ਕਦੇ ਕਿਸੇ ਨੇ ਕੋਈ ਉੱਟ ਭੰਗ ਕੀਤਾ ਨਹੀਂ ਹੈਗਾ। ਜਿਹੜਾ ਤੂੰ ਮੈਨੂੰ ਪਿਆਰ ਦੀਆਂ ਗੱਲਾਂ ਕਰਦੀ, ਮੈਂ ਮੁੰਡੇ ਨੂੰ ਮੈਂ ਪਿਆਰ ਕਰਦੀ ਹਾਂ, ਮਾੜੀ ਮੋਟੀ ਸ਼ਰਮ ਕਰਿਆ ਕਰੋ। ਤੂੰ 4 ਅੱਖਰ ਪੜ੍ਹ ਕੇ ਗਈ, ਤੂੰ ਤਾਂ ਜਮੀ ਸਿਰ ਤੋਂ ਪਾਣੀ ਲੰਘਾਤਾ, ਮਾੜੀ ਮੋਟੀ ਜਮੀ ਸ਼ਰਮ ਨਹੀਂ ਹੈਗੀ। ਹਾਏ ਉਹ ਮੇਰਾ ਰੱਬਾ ਓਏ, ਆਹ ਦਿਨ ਦੇਖਣੇ ਤੇ ਕਹੀ ਜੰਮ ਪੀ ਕਰੇ, ਰੱਬਾ ਮੇਰਿਆ ਕਿੱਥੋਂ ਇਹੀ ਜਿਹੀ ਧੀ ਨਾ ਕਿਸੇ ਨੂੰ ਦੇਈ। ਬਾਪੂ ਜੀ, ਬਾਪੂ ਜੀ, ਬਾਪੂ ਜੀ, ਹਾਏ ਰੱਬਾ, ਬਾਪੂ ਜੀ ਡਾਕਟਰ ਨੂੰ ਸੱਦ ਕੇ ਲੈ ਕੇ ਆਵਾਂ। ਆ ਜਾਓ ਛੇਤੀ ਛੇਤੀ ਆਓ ਡਾਕਟਰ ਸਾਹਿਬ, ਉਹ ਦੇਖੋ ਬਾਪੂ ਨੂੰ ਪਤਾ ਹੀ ਨਹੀਂ ਕੀ ਹੋ ਗਿਆ। ਦੇਖਦੇ ਇੱਕ ਮਿੰਟ, ਬੀਬੀ ਬੂਬੀ ਵਧਾਊਗਾ ਇਹਨਾਂ ਫਿਰ। ਪਤਾ ਨਹੀਂ ਜੀ ਕੀ ਹੋਇਆ, ਇੱਕੋ ਦਮ ਹੀ ਖੜੇ ਖੜੇ ਡਿੱਗ ਗਏ। ਪਹਿਲਾਂ ਵੀ ਹੋਇਆ ਕਦੇ ਇਹ? ਨਹੀਂ ਜੀ ਅੱਜ ਹੀ ਹੋਇਆ। ਧੜਕਣਾ ਵਧੀ ਇਹਨਾਂ ਦੀ ਥੋੜ੍ਹੀ ਜ਼ਿਆਦਾ, ਪਹਿਲਾਂ ਵੀ ਐਸੀ ਪ੍ਰੋਬਲਮ ਆਈ ਹੈ ਕੋਈ? ਨਹੀਂ ਜੀ ਅੱਜ ਹੀ ਆਈ ਹੈ। ਪਾਣੀ ਲੈ ਕੇ ਆਓ ਜੀ ਪਾਣੀ। ਆ ਲਓ ਡਾਕਟਰ ਸਾਹਿਬ ਪਾਣੀ ਲਿਓ। ਲਿਓ ਜੀ ਮੰਜੇ 'ਤੇ ਪਾਓ ਇਹਨਾਂ ਨੂੰ। ਬਾਪੂ ਜੀ ਆ ਜਾਓ, ਚਲ ਉੱਠੋ ਬਾਪੂ ਜੀ ਧਿਆਨ ਨਾਲ। ਚਲੋ ਠੀਕ ਹੋ ਤੁਸੀਂ? ਹਾਂ ਠੀਕ ਹੋ। ਲਓ ਜੀ ਗੋਲੀ ਦਵਾਈ ਦਿੰਦਾ ਪਹਿਲਾਂ। ਲਓ ਪੈ ਜਾਓ ਤੁਸੀਂ, ਪੈ ਜਾਓ। ਬੀਪੀ ਜ਼ਿਆਦਾ ਹਾਈ ਹੋਇਆ ਹੋਇਆ ਜੀ ਇਹਨਾਂ ਦਾ। ਅੱਛਾ ਜੀ। ਹਾਂਜੀ ਚੱਕਰ ਆ ਗਿਆ ਇੱਕ ਦਾ, ਇਹ ਦੇ ਡਾਕਟਰ ਸਾਹਿਬ ਇਹਨਾਂ ਨੂੰ। ਇਹਨਾਂ ਨੂੰ ਗੋਲੀਆਂ ਦਿਓ ਜੀ 2 ਟਾਈਮ, ਸੈੱਟ ਹੋ ਜਾਣਗੇ। ਠੀਕ, ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈਗੀ, ਥੋੜ੍ਹਾ ਬੀਪੀ ਵਧਿਆ ਸੀਗਾ। ਠੀਕ ਹੈ ਜੀ। ਹੈਲੋ ਜੀ। ਹਾਂਜੀ ਹੁਣ ਦੇ ਦਾ ਇਹਨਾਂ ਨੂੰ ਦਵਾਈ। ਹਾਂਜੀ ਇੱਕ ਹੁਣ ਦੇ ਦਿਓ, ਇੱਕ ਸ਼ਾਮ ਨੂੰ ਦੇ ਦਿਓ। ਠੀਕ ਹੈ, ਸੈੱਟ ਹੋ ਜਾਣਾ, ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈਗੀ। ਠੀਕ ਹੈ ਡਾਕਟਰ ਸਾਹਿਬ। ਹਾਂਜੀ ਬਾਪੂ ਜੀ ਮੈਂ ਡਾਕਟਰ ਸਾਹਿਬ ਨੂੰ ਮਾੜਾ ਜਿਹਾ ਛੱਡਿਆ ਮੈਂ ਬਾਹਰ, ਤੁਸੀਂ ਪਏ ਰਹੋ ਉੱਠਿਓ ਨਾ। ਕੋਈ ਨਹੀਂ ਪੁੱਤ, ਕੋਈ ਨਹੀਂ ਛੱਡੇ, ਪੈਸੇ ਪੁੱਛ ਲਈ ਪੁੱਤ ਡਾਕਟਰ। ਕੋਈ ਗੱਲ ਨਹੀਂ, ਪੈਸੇ ਬਾਅਦ 'ਚ ਆ ਜਾਣਗੇ, ਕੋਈ ਗੱਲ ਨਹੀਂ। 10 ਦਿਨ ਦੇ ਡਾਕਟਰ ਸਾਹਿਬ। ਠੀਕ ਹੈ ਕੋਈ ਗੱਲ ਨਹੀਂ, ਦੁਕਾਨ 'ਤੇ ਕਰ ਲਾਂਗੇ ਜੀ। ਠੀਕ ਹੈ ਡਾਕਟਰ ਸਾਹਿਬ। ਹਾਂਜੀ ਮੇਰੀ ਗੱਲ ਸੁਣੋ, ਬਾਪੂ ਦੀ ਕੋਈ ਘਬਰਾਉਣ ਵਾਲੀ ਗੱਲ ਨਹੀਂ, ਨਹੀਂ ਬਸ ਟੈਗ ਆਉਣ ਤੋਂ ਬਚ ਗਏ ਹੁੰਦਾ, ਸੈੱਟ ਆ ਜਮਾ। ਆਹ ਦਵਾਈ ਦਿੱਤੀ ਜਿਹੜੀ ਤੁਹਾਨੂੰ, ਇਹ ਦਵਾਈ ਦੇ ਦਿਓ 2 ਟਾਈਮ ਜਮਾ ਸੈੱਟ ਆ। ਇਕੱਲਾ ਬੀਪੀ ਵਧਿਆ? ਹਾਂਜੀ ਇਕੱਲਾ ਬੀਪੀ ਵਧਿਆ ਹੋਇਆ। ਧੰਨਵਾਦ ਜੀ। ਠੀਕ ਹੈ, ਸ਼ੁਕਰ ਹੈ ਪਰਮਾਤਮਾ ਦਾ। ਜੇ ਬਾਪੂ ਨੂੰ ਕੁਛ ਹੋ ਜਾਂਦਾ, ਲੋਕਾਂ ਨੇ ਤਾਂ ਮੈਨੂੰ ਮੇਣੇ ਮਾਰ ਮਾਰ ਹੀ ਮਾਰ ਦੇਣਾ ਸੀ। ਚੱਲ ਦਵਾਈ ਦੇਵਾਂ। ਹੈਲੋ। ਹਾਂ ਕੋਈ ਨਾ ਵਿੱਕੀ ਮੈਂ ਕਰਦਾ ਤੇਰੇ ਨਾਲ ਗੱਲ, ਅਤੇ ਘਰ ਬੁਲਾਊਂਗਾ ਮੈਂ ਤੈਨੂੰ, ਬਹਿ ਕੇ ਗੱਲ ਕਰਾਂਗੇ ਆਪਾਂ। ਅਤੇ ਮੁੰਡਾ ਤਾਂ ਮੇਰੇ ਪਸੰਦ ਆ, ਕੋਈ ਨਹੀਂ ਮੈਂ ਕੁੜੀ ਨਾਲ ਗੱਲ ਕਰਨਾ ਇੱਕ ਵਾਰੀ, ਅਤੇ ਫਿਰ ਆਪਾਂ ਬਹਿ ਕੇ ਗੱਲ ਕਰਦੇ ਹਾਂ। ਠੀਕ ਹੈ
जस। हाँ जी बापू जी। ओरे आपत आई जी। हाँ जी बापू जी। बैठ जाओ। ठीक है। हाँ जी। मेरी पग बढ़िया लग रही है। हाँ जी हाँ जी सुन लगती है। अच्छा मैं तेरे उदे भी गल करी सी पुत, तो मैं गया सी ना सुनाम को शेरू पिंड, तेन दस्या जी तेरे रिश्ता देख के आया जी, जी तू दस मैं कदों बुलावा तो आप फिर देख दिखाई। बापू जी मैं भी थोड़ा उस दिन कहा था सी भी मैं विह करा तो सुखी ना ही करा, होर नहीं किसी ना करा। कुड़िए माड़ा मोटा शर्म कर ला, पिंड च मैं तेरा विह किमें कराऊंगा, कर सकता पिंड च विह तेरा, सारे पिंड च थू थू हो जू मेरी। बापू जी तुसीं समझदे कहां तो नहीं, वधिया मुंडा है चंगे घर दा की माड़ा उहदे च। तैनू वधिया लगदा पुत्ता, लोकां दे तां नहीं जबान फड़ी जांदी, लोक की कहणगे वी पिंड च विह करता। बापू जी बस मैनू नहीं पता, मैं तां उसे मुंडे नाल विह करवाउणा नहीं, मैं नहीं करवाउणा विह। चंगा फिर उसे नाल ही करा ली, अज तो बाद तेरे लिए मैं मर गया तू मेरे लिए वर्गी, मैं तेरा बाप नहीं तू मेरी धी नहीं, बस तेनू कहता मैं, इतों बाद तू बस मेरा मरे की मूँह देखेगी, मैं तेन कहता। हाय रब्बा, बापू इन्ने गुस्से च गया, माँ तो पहले नहीं हैगी, कितने बापू ने जो कुछ कर लिया पिछे जाऊंगा। मेरे रब्बा इस कुड़ी ने तो इज्जत मेरी लीरो लीर करती, सारे पिंड च थू थू हो गई मेरी, ये तो मैं मरे ही चंगा, मैं लोगों की मूँह दिखाऊँ कलू, जिन्हें भज के ब्याह ब्यू करा लिया मैं ना करया, ये तो मरे ही चंगा, एक पास कर ही रहे अज देखी जाऊ जी बनूगी। तू कुड़िए उदो क्यों नहीं देखा उहदे बापू के नहीं जो आ कदम चुके सी। शहर जाके आइए सौदा पत्ता लेइए, कहता पंचर हुई खड़ी है यार ये मैं। और चाचा चलो ਉਹ ਕੱਲ ਮੇਰੇ ਕੋਲੇ ਫੋਨ ਆਇਆ ਸੀ ਉਹਨਾਂ ਦਾ। ਅੱਛਾ ਰਵੀ ਹੋਰਾਂ ਦਾ। ਅੱਛਾ ਅੱਛਾ ਹਾਂ ਮੈਂ ਆਖਿਆ ਮੈਂ ਉਹਨਾਂ ਨੂੰ ਫੋਨ 'ਤੇ ਮੈਂ ਭਾਈ ਮੈਂ ਜਾਊਂਗਾ ਵੀ ਮੇਰੀ ਗੱਲ ਵੀ ਨਹੀਂ ਹੋਈ ਦੋ ਦਿਨ ਹੋ ਗਏ, ਅਤੇ ਤੈਨੂੰ ਮੁੰਡਾ ਫਿਰ ਕਿਵੇਂ ਲੱਗਿਆ? ਮੁੰਡਾ ਠੀਕ ਹੈ ਵਿੱਕੀ, ਪਰਿਵਾਰ ਠੀਕ ਹੈ, ਸਾਰਾ ਘਰ ਬਾਰ ਅੱਛਾ ਠੀਕ ਲੱਗਿਆ ਆਪਾਂ ਨੂੰ, ਵਧੀਆ ਜਿਵੇਂ ਤੂੰ ਦੱਸਿਆ ਸੀ ਉਵੇਂ ਹੈ, ਠੀਕ ਹੈ ਵਧੀਆ। ਐਂ ਤਾਂ ਮੈਂ ਤੈਨੂੰ ਸਾਰਾ ਦੱਸਤਾ ਸੀ ਵੀ ਸਾਰਾ ਪਰਿਵਾਰ ਨਰਮ ਪਰਿਵਾਰ ਹੈ, ਵਧੀਆ ਆਪਣੇ ਪਰਿਵਾਰ ਨਾਲ ਮਿਲਦਾ ਜੁਲਦਾ ਹੈ ना, वधिया परिवार है देख भी घर बार भी वधिया लगे अपन, मुंडे का सुभाव भी उन्होंने मतलब परिवार का भी सुभाव अपन वधिया लगे। बाकी जिहड़ियां गल्लां तैनूं चाचा कहा दी देखो तो कोई रत्ती भर का भी उल्ला नहीं है। हाँ बाकी देन लैन की अपनी गल हुई हुई है। हाँ देन लैन तेरे सामने ही कहता थी उन्होंने अपने भाई मुँह ते गल हो जाए अज उहदे वर्गी रीस नहीं। हाँ बाद च गल देनी, बाद च देनी पै जाए गल, नाले आप च अपनी जिहड़ी लिया जा उह टुटदी है, टुटदी है सारी उम्र दी। हाँ सारी उम्र दी लिया जाए ते हुण दस फिर आपां किदें। तू ऐ कर फिर
तू ए कर कुड़ी दा दिखाउण दा पर रख लै एतवार दा। अच्छा नाल तां मैनूं छुट्टी हुंदी है। हां एतवार नूं आपां कुड़ी नूं दिखा देणे, उहनां नूं कह दे वी आ जाणगे चार बंदे। ठीक है देख के कुड़ी नूं मान लो जे मान लो फिट आ गई आपां शगन पा दांगे, शगन पा दांगे। हां उदों बाद परमात्मा भला करे आपां आउंदे नरात्यां च चढ़दे सियाली नरात्यां दा देख लांगे, ब्याह कर दांगे। आहो नाले उदों मौसम भी ठीक हुंदा, मौसम ठीक हुंदा तां सब्जी भाजी दा भी ठीक हुंदा। क्यों ठीक हुंदा रेट अजकल तां गर्मी च सब्जी भाजी बर्फ ठंडा पानी यही नहीं लोट आउंदा, यही नहीं लोट आउंदा ना। सही है गल, उदों ठीक हुंदा ना वाला सियाल होवे ना गर्मी होवे, नरात्यां दा आपां ब्याह करके कुड़ी नूं चल आपके घरे तोड़ दांगे, आपके घरे सुखी बसे, सुखी बसे। बाकी तो अपने कोई घाट नहीं रखते, बाकी बच्चे दे कर्म। हाँ आप दे किन्हों कोई घाट ना छेडू, बस ठीक है जो परमात्मा ने करना ही करना है। तू कर दी फोन उन्हां नूं फिर भी एतवार नूं आ जाओ भाई। चंगा अच्छा मैं फोन कर दूं भी एतवार नूं भाई कुड़ी देख जो। हाँ देख के मैं शगन ही पा दांगे बस। हाँ भाई उन्हां मुंडा कुड़ी वाले वल्लों कहा गया भी शगन पा के आपां नरात्यां दा विआह रख दांगे फिर। हाँ हाँ चंगा फिर चाचा मैं चलदा है। चंगा ਲੈ ਵੀ ਦਿਖਾ ਕੇ ਆਵਾਂ ਵੀ ਯਾਰ ਪੈਂਚਰ ਬੜੀ ਹੋਈ ਗੱਡੀ ਖੜੀ ਖੜੀ ਮੈਥੋਂ ਨੂੰ ਕਰਦਾ ਫੋਨ। ਬਾਪੂ ਜੀ ਓਹੋ ਤੁਸੀਂ ਕੰਮ ਕਿਉਂ ਕਰੀ ਜਾਂਦੇ ਹੋ, ਤੁਹਾਨੂੰ ਕਿਹਾ ਸੀ ਆਰਾਮ ਕਰ ਲਓ ਤੁਸੀਂ। ਇਹ ਤਾਂ ਹੁਣ ਕਰਨੀ ਆ ਪੁੱਤ, ਭੁੱਖੀਆਂ ਤਾਂ ਨੀ ਮਾਰੀ ਜਾਂਦੀਆਂ, ਅਜੀਬ ਵਿਚਾਰੇ ਕਿਹੜਾ ਬੋਲ ਕੇ ਦੱਸਣਗੇ ਵੀ ਸਾਨੂੰ ਭੁੱਖ ਲੱਗੀ ਆ ਪੁੱਤ। ਮੈਂ ਨਾ ਮਾੜਾ ਜਿਹਾ ਮੈਨੂੰ ਉਹਦਾ ਜੋਤ ਦਾ ਫੋਨ ਆਇਆ ਸੀ, ਮੈਂ ਉਹਦੇ ਕੋਲ ਜਾਇਆ ਮੈਂ ਕੰਮ ਹੈ ਮੈਨੂੰ ਥੋੜ੍ਹਾ ਜਿਹਾ। ਅੱਛਾ ਹਾਂਜੀ ਮੈਂ ਆ ਗਈ ਅੱਧੇ ਕੁ ਘੰਟੇ 'ਚ। ਚੱਲ ਛੇਤੀ ਆ ਜੀ ਸਬਜ਼ੀ ਬਣਾਉਣੀ ਆ ਪੁੱਤ। ਹਾਂ ਹਾਂ ਬਾਪੂ ਜੀ ਬਸ ਜਾਣ ਆਉਣੀ ਕਰੂੰਗੀ। ਬਾਹਲਾ ਟਾਈਮ ਨਾ ਲਾਦੀ, ਨਹੀਂ ਲਾਉਂਦੀ ਤੇ ਤੁਸੀਂ ਜਾ ਕੇ ਆਰਾਮ ਕਰ ਲਓ। ਕਿੰਨੇ ਮਿੰਟਾਂ 'ਚ ਆ ਜਾਏਗੀ? ਬਸ ਮੈਂ ਸਹੀ ਅੱਧੇ ਘੰਟੇ 'ਚ ਆ ਜੂੰਗੀ ਤੁਹਾਡੇ ਕੋਲ। ਪੱਕਾ? ਹਾਂਜੀ ਹਾਂਜੀ ਠੀਕ ਹੈ ਜਾ। ਠੀਕ ਹੈ ਬਾਪੂ ਜੀ। ਕੀ ਗੱਲ ਵੀ ਯਾਰ ਸੁਖੀ, ਹਰਜਸ ਨੇ ਕਿਉਂ ਬੁਲਾਇਆਗਾ? ਦਿਨ ਹੋ ਗਏ ਫੋਨ ਵੀ ਨਹੀਂ ਚੱਕਦੀ, ਫੋਨ ਵੀ ਬੰਦ ਸੀ। ਕੋਈ ਨਾ ਕੋਈ ਗੱਲ ਤਾਂ ਜ਼ਰੂਰ ਹੋਈ ਆ ਉਹਦੇ ਘਰੇ, ਕਿਤੇ ਆਪਣੇ ਬਾਰੇ ਨਾ ਗੱਲ ਕਰ ਲਈ ਹੋਵੇ ਨਾ ਮੇਰੇ ਬਾਰੇ, ਅਤੇ ਬਾਪੂ ਨੇ ਜਵਾਬ ਦੇਤਾ ਹੋਵੇ। ਕੋਈ ਲੜਾਈ ਝਗੜਾ ਹੋਇਆ ਹੋਣਾ ਜਾਂ ਰਿਸ਼ਤਾ ਰੁਸ਼ਤਾ ਦੇਖਦੇ ਹੋਣ ਉਹਦਾ, ਕੋਈ ਤਾਂ ਗੱਲ ਹੋਈ ਆ। ਚਲੋ ਉਹਦੇ ਆਏ ਤੋਂ ਹੀ ਪਤਾ ਲੱਗੂਗਾ। ਆ ਗਈ ਕਿਵੇਂ ਜੱਸ, ਕਿਵੇਂ ਆ? ਵਧੀਆ ਬਸ। ਕਿਵੇਂ ਤੇਰਾ ਚਿਹਰਾ ਹੈ, ਕਾਹਤੋਂ ਮੁਰਝਾਇਆ, ਕੀ ਗੱਲ ਆ? ਤੈਂ ਮੈਨੂੰ ਕਿਹਾ ਸੀ ਨਾ ਘਰੇ ਗੱਲ ਕਰ ਲਾ। ਹਾਂ ਕਰ ਲਈ ਮੈਂ ਘਰੇ ਗੱਲ। ਕੀ ਹੋ ਗਿਆ, ਤੂੰ ਦੂਰ ਦੂਰ ਕਾਹਤੋਂ ਖੜੀ ਆ, ਗੱਲ ਤਾਂ ਦੱਸ ਦੇ ਕੀ ਹੋਈ ਆ ਯਾਰ। ਨਹੀਂ ਸੁੱਖੀ ਹੁਣ ਦੂਰ ਖੜਨ 'ਚ ਹੀ ਫਾਇਦਾ, ਬਾਪੂ ਨੇ ਮੇਰਾ ਰਿਸ਼ਤਾ ਕਰਤਾ ਕਿਤੇ। ਰਿਸ਼ਤਾ ਕਰਤਾ? ਹਾਂ ਕੋਈ ਸ਼ੇਰੋਂ ਪਿੰਡ ਤੋਂ ਆ, ਮੈਨੂੰ ਨਹੀਂ ਪਤਾ ਕੌਣ। ਲੈ ਤੂੰ ਮੇਰੇ ਬਾਰੇ ਨਹੀਂ ਦੱਸਿਆ? ਸਾਰਾ ਕੁਛ ਦੱਸਿਆ ਸੀ। ਫਿਰ ਕੀ ਕਹਿੰਦੇ? ਕਹਿੰਦਾ ਪਿੰਡ 'ਚ ਮੈਂ ਕਿਵੇਂ ਕਰਦਿਆਂ ਰਿਸ਼ਤਾ। ਤੈਨੂੰ ਤਾਂ ਪਤਾ ਨਾ ਜੱਸ, ਮੈਂ ਤੈਨੂੰ ਕਿੰਨਾ ਜ਼ਿਆਦਾ ਪਿਆਰ ਕਰਦਾਂਗਾ, ਤੂੰ ਹੋਰ ਕਿਤੇ ਵਿਆਹ ਕਰਾਉਣ ਬਾਰੇ ਸੋਚ ਵੀ ਕਿਵੇਂ ਸਕਦੀ ਮੇਰੇ ਤੋਂ ਬਗੈਰ। ਸੁਖੀ ਪਿਆਰ ਤਾਂ ਤੈਨੂੰ ਮੈਂ ਵੀ ਬਹੁਤ ਕਰਦੀ ਹਾਂ, ਪਰ ਮੈਨੂੰ ਨਹੀਂ ਲੱਗਦਾ ਵੀ ਹੁਣ ਆਪਣਾ ਮਿਲਣਾ ਲੋਕਾਂ ਨੂੰ ਵੀ ਗਵਾਰਾ ਖਾਂਦਾ ਹੋ। ਫਿਰ ਕੀ ਹੋ ਗਿਆ ਜੇ ਤੇਰਾ ਬਾਪੂ ਨੇ ਕਿਤੇ ਰਿਸ਼ਤਾ ਹੋਰ ਦੇਖ ਲਿਆ? ਆਪਾਂ ਭੱਜ ਕੇ ਤਾਂ ਵਿਆਹ ਕਰਾ ਸਕਦੇ ਹਾਂ ਨਾ, ਜੇ ਨਹੀਂ ਤੇਰਾ ਬਾਪੂ ਮੰਨਦਾ। ਹੱਦ ਹੈ ਤੇਰੀ, ਤੂੰ ਬੜੇ ਆਰਾਮ ਨਾਲ ਕਹਿਤਾ ਵੀ ਭੱਜ ਕੇ ਵਿਆਹ ਕਰਾ ਲੈਂਦੇ ਹਾਂ ਨਾ, ਤੇਰੇ 2 ਸਾਲਾਂ ਦੇ ਪਿਆਰ ਨੂੰ ਮੈਂ ਮੇਰੇ ਬਾਪੂ ਦੇ 25 ਸਾਲਾਂ ਦਾ ਪਿਆਰ ਮੈਂ ਐਵੇਂ ਭੁੱਲ ਜਾਂ ਆਹ 2 ਸਾਲਾਂ ਦੇ ਪਿਆਰ ਪਿੱਛੇ? ਅੱਛਾ ਤੇਰੇ ਨਾਲ ਮੈਂ ਭੱਜ ਕੇ ਵਿਆਹ ਕਰਾ ਲਾਂ ਤਾਂ ਜੋ ਮੇਰਾ ਬਾਪੂ ਬਾਅਦ 'ਚੋਂ ਲੋਕਾਂ ਮੂਹਰੇ ਮੂੰਹ ਨਾ ਦਿਖਾਉਣ ਜੋਗਰਾ ਰਵੇ ਅਤੇ ਕੁਛ ਖਾ ਕੇ ਮਰ ਜੇ। ਫਿਰ ਤੂੰ ਨਾਲ ਆਪਦੇ ਬਾਪੂ ਨੂੰ ਨਹੀਂ ਕੋਰਟ ਮੈਰਿਜ ਕਰਾ ਲੈਂਦੇ ਆਪਾਂ, ਹੋਰ ਕੋਈ ਹੱਲ ਨਹੀਂ। ਫਿਰ ਮੈਂ ਤਾਂ ਆਪਦੇ ਵਾਅਦੇ 'ਤੇ ਪੂਰਾ ਉਤਰਿਆ ਨਾ, ਮੈਂ ਤਾਂ ਤੇਰੇ ਨਾਲ ਵਿਆਹ ਕਰਾਊਂਗਾ, ਮੈਂ ਤਾਂ ਤੈਨੂੰ ਧੋਖਾ ਦਿੱਤਾ। ਸੁੱਖੀ ਮੇਰੀ ਵੀ ਮਜਬੂਰੀ ਸਮਝ, ਮੈਂ ਆਪਦੇ ਬਾਪੂ ਨੂੰ ਐਂ ਮਰਨ ਵਾਸਤੇ ਨਹੀਂ ਛੱਡ ਸਕਦੀ ਵੀ ਉਹ ਕੁਛ ਖਾ ਕੇ ਮਰ ਜੇ। ਉਹਨੇ ਮੈਨੂੰ 25 ਸਾਲ ਪਾਲਿਆ, ਖਬਰਾਂ ਕਿਵੇਂ ਪਾਲਿਆ ਉਹਨੇ ਮੈਨੂੰ, ਮੇਰੀ ਤਾਂ ਮਾਂ ਵੀ ਮੇਰੇ ਸਿਰ 'ਤੇ ਹੈ ਨਹੀਂ ਸੀ। ਉਹਨੇ ਮੈਨੂੰ ਪੜ੍ਹਾਇਆ ਲਿਖਾਇਆ, ਮੈਨੂੰ ਪੈਰਾਂ ਸਿਰ ਕਰਿਆ ਇਸ ਗੱਲ ਕਰਕੇ ਵੀ ਮੈਂ ਉਹਦੀ ਪੱਤ ਰੋਲ ਕੇ ਅਤੇ ਮਿੰਟ 'ਚ ਦੀ ਤੇਰੇ ਨਾਲ ਵਗ ਜਾਂ। ਹੱਦ ਹੈ ਤੇਰੀ, ਤੂੰ ਕਿੰਨਾ ਸੌਖਾ ਕਹਿਤਾ ਵੀ ਆਪਾਂ ਕੋਰਟ ਮੈਰਿਜ ਕਰਾ ਲੈਂਦੇ ਹਾਂ, ਭੱਜ ਕੇ ਵਿਆਹ ਕਰਾ ਲੈਂਦੇ ਹਾਂ। ਚੱਲ ਮੈਂ ਤਾਂ ਆਪਦਾ ਵਾਅਦਾ ਨਹੀਂ ਭੁੱਲਿਆ, ਤੂੰ ਤਾਂ ਉਹ ਵਾਅਦੇ ਭੁੱਲ ਗਈ ਨਾ ਜਿਹੜੇ 7 ਜਨਮ ਨਵਾਉਣ ਦੇ ਤੂੰ ਮੇਰੇ ਨਾਲ ਵਾਅਦੇ ਕੀਤੇ ਸੀ। ਕਹਿੰਦੀ ਸੀ ਮੈਂ ਤੇਰੇ ਵਾਸਤੇ ਜਾਨ ਵੀ ਦੇ ਦੂੰ, ਤੂੰ ਮਿੱਥਾਂ ਮੇਰੇ ਨਾਲ ਵਿਆਹ ਵੀ ਨਹੀਂ ਕਰਵਾ ਸਕਦੀ, ਪਰ ਮੈਂ ਤਾਂ ਆਪਦੇ ਵਾਅਦੇ 'ਤੇ ਅਟਲ ਰਿਹਾ ਨਾ। ਮੇਰੀ ਤਾਂ ਮਜਬੂਰੀ ਹੈ ਸੁੱਖੀ, ਮੈਂ ਮੇਰੇ ਪਿਓ ਨੂੰ ਐਂ ਛੱਡ ਨਹੀਂ ਸਕਦੀ, ਉਹਨੇ ਜਿੱਥੇ ਮੇਰਾ ਰਿਸ਼ਤਾ ਕੀਤਾ ਮੈਨੂੰ ਉੱਥੇ ਵਿਆਹ ਕਰਾਉਣਾ ਪਊਗਾ। ਅਤੇ ਹਾਂ ਜਿਹੜੀ ਗੱਲ ਰਹੀ ਵਾਅਦੇ ਨਾ ਪਗਾਉਣ ਦੀ, ਜਿੰਨੀ ਪੁੱਗ ਗਈ ਓਨਾ ਹੀ ਚੰਗਾ, ਬਹੁਤ ਵਧੀਆ ਰਹੇ ਹਾਂ ਅਸੀਂ ਜਿੰਨਾ ਚਿਰ ਰਹੇ ਹਾਂ ਇੱਕ ਦੂਜੇ ਨਾਲ। ਅਤੇ ਹੁਣ ਤੂੰ ਮੈਨੂੰ ਇੱਕ ਸੁਪਨਾ ਸਮਝ ਕੇ ਭੁੱਲ ਜਾ,
मैं तेनों किमें भुल जा, तू तो कहता कि मैं भुल जा, तू मेरे दिल च वसदी है, मैं तेनों अपने दिल चो किमें कढ़दा हरजस। पर सुखी मैं तेरी हो नहीं सकती, हुण मैं किसी होर दी अमानता, ते मैनू हुण तो बाद कदे फोन भी ना करी। चल चंगा मैं चल दी हां। पर मेरी गल तो सुन जा। नहीं बस हरजस। दोस्तों इस कहानी तो सिख्या यही है कि किसी मुंडे या कुड़ी नाल प्यार करके लव मैरिज या कोर्ट मैरिज कराना कोई माड़ी गल नहीं है, पर इस गल का ध्यान रखना चाहिए है कि तुहाडे मापियां दी भी इस विच सहमति होनी जरूरी है। जेकर तुहानू अजिहा लगे कि अजिहा कोई भी कदम चुकन नाल तुहाडे मापे इस दुनिया नू अलविदा कह सकते हैं, तो अजिहा कदम कदे भुल के भी ना चुको, क्योंकि मापियां दे अगे इस संसार की हर एक सुगात फिक्की है। मुंडे कुड़ियां होर भी बथेरे जिंदगी विच मिल जाएंगे, पर मापे जिंदगी विच सिर्फ एक बार ही मिलते हैं।